ਬਹਾਲ ਕਰੋ, ਬਹਾਲ ਕਰੋ, ਐਨਪੀਐਸ ਨਹੀਂ ਮਨਜ਼ੂਰ, ਨਹੀਂ ਮਨਜ਼ੂਰ, ਨਹੀਂ ਮਨਜ਼ੂਰ, ਐਨਪੀਐਸ ਨਹੀਂ ਮਨਜ਼ੂਰ, ਨਹੀਂ ਮਨਜ਼ੂਰ, ਨਹੀਂ ਮਨਜ਼ੂਰ, ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ, ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ, ਕੰਪਿਊਟਰ ਦੇ ਆਪਾਂ ਨੂੰ ਸਿੱਖਿਆ ਵਿਭਾਗ ਚ ਮਰਜ ਕਰੋ, ਮਰਜ ਕਰੋ, ਮਰਜ ਕਰੋ, ਕੰਪਿਊਟਰ ਦੇ ਆਪਾਂ ਨੂੰ ਸਿੱਖਿਆ ਵਿਭਾਗ ਚ ਮਰਜ ਕਰੋ, ਮਰਜ ਕਰੋ, ਮਰਜ ਕਰੋ, ਕੰਪਿਊਟਰ ਦੇ ਆਪਾਂ ਦੀ ਯੂਨੀਅਨ ਜਿੰਦਾਬਾਦ, 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 ਮੁਲਾਜ਼ਮ ਏਕ ਜਿੰਦਾਬਾਦ, 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 ਮੁਲਾਜ਼ਮ ਏਕ ਜਿੰਦਾਬਾਦ, 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 ਆਵਾਜ਼ ਦੋ ਅਮੀਰ ਹੈ, ਆਵਾਜ਼ ਦੋ ਅਮੀਰ ਹੈ, ਬਾਬੇ ਬਾਜ ਲਾਗੇ ਸਾਡਾ ਜੀ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ 19 ਮੀਟਿੰਗਾਂ ਫਿਕਸ ਹੋਈਆਂ ਜੀ, ਜਿਹਦੇ ਵਿੱਚ ਇੱਕ ਵੀ ਮੀਟਿੰਗ ਸਾਡੇ ਜਿਹੜੇ ਸਟੇਟ ਕਮੇਟੀ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਨਹੀਂ ਗਈ, ਜਿਹਦੇ ਪ੍ਰਤੀ ਸਾਡੇ ਪੂਰੇ ਪੰਜਾਬ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਜੀ ਸਰਕਾਰ ਪ੍ਰਤੀ। ਅਤੇ ਇਹਨਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤਾ, ਜਿਹਦੇ ਵਿੱਚ 3 ਮੁੱਖ ਮੰਗਾਂ ਜੀ। ਇੱਕ, ਸਾਡੇ ਨਾਲ ਸੀਐਮ ਸਾਹਿਬ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ, ਸਾਨੂੰ ਵਿਭਾਗ ਸ਼ਾਮਿਲ ਕਰਕੇ ਸਾਡਾ ਰੁਜ਼ਗਾਰ ਪੱਕਿਆ ਕਰਨ ਜੀ। ਅਤੇ ਦੂਸਰਾ, ਸਾਡਾ ਕਿਰਤ ਕਮਿਸ਼ਨ ਦੇ ਰੇਟ ਜਿਹੜੇ 27 ਮਹੀਨੇ ਤੋਂ ਵਧੇ ਆ ਜੀ, ਉਹ ਸਾਨੂੰ ਬਿਲਕੁਲ ਨਹੀਂ ਦਿੱਤੇ ਜਾ ਰਹੇ। ਉਹ ਵੀ ਸਰਕਾਰ ਜਿਹੜਾ ਤੁਰੰਤ ਫੰਡ ਮੁਹੱਈਆ ਕਰਾ ਕੇ ਸਾਡੇ ਜਿਹੜੇ ਉਹ ਰੇਟ ਜਿਹੜੇ ਸਾਨੂੰ ਦਿੱਤੇ ਜਾਣ। ਅਤੇ ਉਸ ਦੇ ਨਾਲ ਜਿਹੜੀ ਸਾਡੀ ਤੀਸਰਾ ਜਿਹੜਾ ਵਿਭਾਗਾਂ ਦਾ ਪੰਚਾਇਤੀਕਰਨ ਕੀਤਾ ਜਾ ਰਿਹਾ, ਉਸ ਚੀਜ਼ ਦਾ ਵੀ ਅਸੀਂ ਵਿਰੋਧ ਕਰਦੇ ਹਾਂ। ਅਤੇ ਸਾਡੀ ਪ੍ਰਪੋਜ਼ਲ ਜਿਹੜੀ ਪਰਸੋਨਲ ਵਿਭਾਗ ਦੇ ਕੋਲ ਪਈ ਹੈ, ਉਹਨੂੰ ਹਮਦਰਦੀ ਨਾਲ ਲਾਗੂ ਕਰਕੇ ਸਾਨੂੰ ਵਿਭਾਗ ਸ਼ਾਮਿਲ ਕੀਤਾ ਜਾਵੇ। ਏਡੀ ਸਾਹਿਬ ਨੇ ਕਿਹਾ ਵੀ ਸਾ ਜਿਹੜੀ ਤੁਹਾਡਾ ਮੰਗ ਪੱਤਰ ਆ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਅਸੀਂ ਦਿੱਤਾ ਜਾਏਗਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੀ ਹੈ ਜੋ ਤੁਹਾਡੀ ਮੰਗ ਹੈ ਉਹਦੇ ਉੱਪਰ ਪੂਰਾ ਅਸੀਂ ਜ਼ੋਰ ਕਰਾਂਗੇ ਵੀ ਉਹ ਲਾਗੂ ਹੋਵੇ।